ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਬੈਣ ਵੀਰਾਂ, ਜਿੱਥੇ ਰਹਿਣ ਖੁਸ਼ ਰਹਿਣ ਬਾਦ ਰਹਿਣ, ਅਤੇ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ। ਔਰ ਜੀ, ਕੰਮ ਸ਼ੁਰੂ ਆ ਦੀਵਾਰ ਦਾ, ਔਰ ਅੱਜ ਹੀ ਕੰਮ ਇਨਸ਼ਾਅੱਲਾ ਖਤਮ ਹੋ ਜਾਵੇਗਾ, ਕਿਉਂਕਿ ਇਬਰਾਰ ਬਾਈ ਵੀ ਅਤੇ ਦੋ ਬਾਈ ਹੋਰ ਨੇ, ਅੱਜ ਦੀਵਾਰ ਆ ਹੋਰ ਤਕਰੀਬਨ ਘੰਟੇ ਕੁ ਤੀਕਰ ਜਾਣਾ ਐਰਾ ਖਟੀਜ ਜਾਵੇਗਾ। ਉਸ ਤੋਂ ਬਾਅਦ ਜਾਣ ਉਸਾਰਨੀ ਸ਼ੁਰੂ ਕਰ ਦੇਵਾਂਗੇ। ਸ਼ਾਮ ਤੋਂ ਪਹਿਲਾਂ ਇਨਸ਼ਾਅੱਲਾ ਸ਼ਾਮ ਤੀਕਰ ਜਾਣਾ ਕੰਮ ਕੰਪਲੀਟ ਹੋ ਜਾਵੇਗਾ। ਮੈਂ ਕਿਹਾ ਇਕੱਲਾ ਇਬਰਾਰ ਬਾਈ ਅਤੇ ਆਬਦ ਬਾਈ ਲੱਗੇ ਰਹਿਣਾ, ਅਤੇ ਤਿੰਨ ਚਾਰ ਦਿਨ ਹੋਰ ਪੈ ਜਾਣੇ ਨੇ, ਇਸ ਕਰਕੇ ਮੈਂ ਕਿਹਾ ਤਿੰਨ ਇੱਧਰ ਲਾ ਲਈਏ, ਉਸ ਮੈਨੂੰ ਖਰਚਾ ਉਨਾ ਹੀ ਹੋ ਜਾਣਾ, ਅਤੇ ਇਹਦਾ ਕੰਮ ਜਿਹੜਾ ਨਾ ਅੱਜ ਹੀ ਇਨਸ਼ਾਅੱਲਾ ਕੰਪਲੀਟ ਹੋ ਜਾਵੇਗਾ। ਆਬਦ ਬਾਈ ਜਿਹੜਾ ਇਹਦੇ ਲਈ ਵੇਜੇ ਟਾਇਲ ਲਾਉਣ ਵਾਲੀ ਰਹਿੰਦੀ ਸੀ ਨਾ, ਛੋਟੇ ਪੀਸ, ਉਹ ਵਾਲੇ ਜਿਹੜੇ ਲਾ ਰਿਹਾ। ਇਹਦੇ ਲਈ ਸਾਈਡ ਹੋ ਗਈ, ਹਾਂ ਇਹਦੇ ਲਈ ਸਾਈਡ ਹੋ ਗਈ, ਔਰ ਇਹਦੇ ਲਈ ਫਰੰਟ ਵਾਲੀ ਸਾਈਡ ਜਿਹਨਾਂ ਲੱਗ ਰਹੀ ਆ, ਔਰ ਇੱਥੇ ਜਿਹੜੀ ਨਾ ਥੜੀ ਬਣ ਜਾਵੇਗੀ ਇੱਕ ਛੋਟੀ ਜਿਹੀ ਨਾਲ ਹੋਰ। ਔਰ ਨਵਾਜ਼ ਬਾਈ ਵੀ ਆ ਗਿਆ, ਕਿੱਦਾਂ ਦੀ ਲੈ ਜਾਓ ਨੇ, ਇੱਦਾਂ ਦੀ ਲੈ ਜਾਓ, ਜਿੱਦਾਂ ਤੱਕ ਨਰਮ ਮਿੱਟੀ ਉੱਤਾਂ ਦੀ ਸਾਰੀ ਚਵਿਆ ਆ। ਹੈ ਫੁੱਟ ਡੇਢ ਹੋਰ ਚਾਲ, ਉਹ ਇਹਨੇ ਕੁੱਤੇ ਚਾਹ ਵੀ ਤੇ ਪਾਣੀ ਪਵੇ ਤੇ ਫਿਰ ਦੀਵਾਰ ਦੇ ਥੱਲੋਂ ਹੋ ਕੇ ਭਰਾ ਨਾ ਟੱਪੇ ਹੈ, ਕਿਉਂਕਿ ਇਸ ਤਰ੍ਹਾਂ ਆਸਾਨੀ ਵੀ ਹੋ ਜਾਵੇ। ਤਿੰਨ ਜਣੇ ਨੇ ਇਹਨਾਂ ਨੂੰ ਸਿਰਫ 10-15 ਫੁੱਟ ਜਗ੍ਹਾ ਆਉਣੀ ਆ, 45 ਫੁੱਟ 15-15 ਫੁੱਟ ਜਗ੍ਹਾ ਇਹਨਾਂ ਨੂੰ ਆਉਣੀ ਆ, ਤਿੰਨਾਂ ਨੂੰ ਆਸਾਨੀ ਹੋ ਜਾਵੇਗੀ, ਇਕੱਲੇ ਬੰਦੇ ਦਾ ਕੰਮ ਨਹੀਂ ਸੀ ਇਸ ਕਰਕੇ। ਤਾਂ ਅੱਜ ਇਨਸ਼ਾਅੱਲਾ ਕੰਮ ਸਾਡਾ ਜਿਹੜਾ ਮੁਕੰਮਲ ਹੋ ਜਾਵੇਗਾ। ਇੱਧਰ ਆਬਦ ਬਾਈ ਜਿਹੜੇ ਨੂੰ ਟਾਇਲ ਜਿਹੜੀ ਰਹਿੰਦੀ ਹੈ ਲਾ ਲਵਣਗੇ, ਸ਼ਾਮ ਟਾਈਮ ਆਬਦ ਬਾਈ ਜਿਹੜੇ ਅੰਦਰ ਬਿਜਲੀ ਦੀ ਵਾਇਰਿੰਗ ਕਰ ਦੇਵਣਗੇ, ਤਾਂ ਕੰਮ ਇਨਸ਼ਾਅੱਲਾ ਅੱਜ ਹੀ ਸਾਰਾ ਜਿਹੜਾ ਖਤਮ ਹੋ ਜਾਵੇਗਾ। ਔਰ ਬੇਗਮ ਹੀ ਜਿਹੜਾ ਬਾਈ ਹੋਰ ਵਾਸਤੇ ਜਿਹੜਾ ਰੋਟੀ ਸਾਲਣ ਦੀ ਜਿਹੜੀ ਤਿਆਰੀ ਕਰ ਲਈ ਹੈ ਟਾਈਮ ਨਾਲ। ਦਾਲ ਜਿਹੜੀ ਨਾ ਚਨੇ ਉਬਲ ਰਹੀ ਹੈ, ਔਰ ਅਕਸਰ ਸਾਰੇ ਬੈਣ ਵੀ ਦੂਸਰੇ ਤੀਸਰੇ ਦਿਨ ਜਿਹੜਾ ਦਾਲ ਹੀ ਬਣਾ ਲੈਂਦੇ, ਲੇਕਿਨ ਅੱਜ ਵਿੱਚ ਜਿਹੜਾ ਗੋਸ਼ਤ ਵੀ ਜਿਹੜਾ ਪਾ ਰਹੇ ਹਾਂ, ਦਾਲ ਗੋਸ਼ਤ ਜਿਹੜੀ ਨਾ ਇਹ ਬਣਾ ਰਹੇ ਹਾਂ, ਕਿਉਂਕਿ ਇਕੱਲਾ ਗੋਸ਼ਤ ਬਣਾਈ ਆ ਨਾ, ਕਿਉਂਕਿ ਮਾਸ਼ਾਅੱਲਾ ਚਾਰ ਇਹ ਬਾਈ ਵੀ ਨੇ, ਅਸੀਂ ਵੀ ਹਾਂ, ਹਾਂ ਦੂਸਰੇ ਨਮਕੀਨ ਆਲੂ ਇੱਥੋਂ ਮਿਲੇ ਕੋਈ ਨਹੀਂ ਪਿੰਡ, ਦੂਸਰੇ ਮਿੱਠੇ ਬਣਦੇ ਨੇ, ਹਾਂ ਇਸ ਕਰਕੇ ਦਾਲ ਗੋਸ਼ਤ ਜਿਹੜੇ ਬਣਾ ਰਹੇ ਹਾਂ। ਔਰ ਅੱਜ ਕੰਮ ਆ ਸਹੀ ਨਹੀਂ ਮੈਂ ਕੀਤਾ, ਕਿਉਂਕਿ ਵੈਸੇ ਜੇ ਆਬਦ ਬਾਈ ਦੀ ਬਰਾਰ ਬਾਈ ਲਾਉਂਦੇ ਨੇ 3-4 ਦਿਨ ਲੱਗ ਜਾਣੇ ਸੀ, ਉਹ ਹੀ 8-9 ਹਜ਼ਾਰ ਖਰਚਾ ਹੋ ਜਾਣਾ ਸੀ। ਇਸ ਤਰ੍ਹਾਂ ਬਾਈ ਹੋਰਾਂ ਦੀ ਜਿਹੜਾ 3,000 ਹੋ ਜਾਵੇਗਾ, 1500 ਬਾਈ ਆਬਦ ਹੋ ਜਾਵੇਗਾ, ਸਮਝ ਲਓ ਕਿ ਆਪਣੇ 5,000 ਰੁਪਏ ਸਰ ਜਾਣਾ ਸਾਡੇ 4-5 ਹਜ਼ਾਰ ਵਿੱਚ ਨਾ, ਅਤੇ ਅੱਜ ਹੀ ਇਨਸ਼ਾਅੱਲਾ ਜਿਹੜਾ ਕੰਮ ਹੋ ਜਾਵੇਗਾ। ਹਾਂ ਔਰ ਬਾਕੀ ਕੰਮ ਸਾਰਾ ਹੀ ਬਹੁਤ ਪਿਆਰਾ ਹੋ ਰਿਹਾ ਸੀ, 3 ਬੂਟੇ ਜਿਹੜੇ ਪੱਟੇ ਨੇ ਉਹਨਾਂ ਦੀ ਵੀ ਮਿੱਟੀ ਰੱਖਣ ਦੀ ਜਿਹੜੀ ਜਗ੍ਹਾ ਹੀ ਕੋਈ ਨਹੀਂ ਆਈ ਇਸ ਵਾਸਤੇ, ਅਤੇ ਉਹ ਬਾਕੀ ਬੂਟੇ ਉਹ ਇਕੱਠੇ ਕੋਈ ਨਹੀਂ, ਨਵੇਂ ਜਿਹੇ ਠਾੜੀ ਕੇ ਰੱਖੇ ਨੇ, ਤਾਂ ਕਿ ਜਿਹਨੂੰ ਦੁਬਾਰਾ ਫਿਰ ਅਸੀਂ ਜਿਹਨੂੰ ਉਹਨਾਂ ਲਾ ਲਵਾਂਗੇ। ਹਾਂਜੀ, ਅਤੇ ਕੰਮ ਤਕਰੀਬਨ ਕਾਫੀ ਸਾਰਾ ਹੋ ਗਿਆ, ਐਰਾ ਤਕਰੀਬਨ ਮੁਕੰਮਲ ਹੋ ਗਿਆ, ਬਸ ਥੋੜ੍ਹਾ ਬਹੁਤਾ ਜਿਹੜਾ ਨੁੱਕਰ ਰਹਿ ਗਈ ਆ, ਬਾਕੀ ਸਾਰਾ ਐਰਾ ਮੁਕੰਮਲ ਜਿਹੜਾ ਕੱਢਿਆ ਨੇ। ਔਰ ਕਿਆ ਬਾਤ ਹੈ ਇਬਰਾਰ ਬਾਈ, ਇਕੱਲੇ ਤੇਰੇ ਕੋਈ ਕੰਮ ਨਹੀਂ ਹੋਣਾ ਸੀ, ਹੋਵੇ ਵੀ ਆ ਤਾਂ 2 ਦਿਨਾਂ 'ਚ ਹੋਵੇ ਆ ਨਾ। ਅੱਛਾ ਬੰਨੀ ਤਾਂ ਵਜ਼ਨ ਖਿਆਲ ਨਾ ਪਵਿਆ, ਇੱਕ ਵਾਰੀ ਡਿੱਗਣੀ ਸ਼ੁਰੂ ਹੋ ਗਈ ਫਿਰ ਕੰਟਰੋਲ ਕਾਹ ਨਹੀਂ ਹੋਣੀ, ਐਵੇਂ ਨਾ। ਹਾਂ ਔਰ ਇੱਧਰ ਵੀ ਜਿਹੜਾ ਟਾਇਲ ਦਾ ਕੰਮ ਤਕਰੀਬਨ ਜਿਹੜਾ ਹੋਇਆ ਖੋਤਾ, ਔਰ ਸਮਝ ਲਓ ਕਿ ਪਰਦਾ ਵਗੈਰਾ ਅੱਜ ਦੇ ਦਿਨ ਸਵੇਰੇ ਜਿਹੜਾ ਇੱਥੇ ਦਰਵਾਜ਼ਾ ਲੱਗ ਜਾਵੇਗਾ, ਔਰ ਇੱਥੇ ਜਿਹੜਾ ਸਾਬਤ ਟਾਇਲ ਜਿਹੜੀ ਲੱਗ ਰਹੀ ਇੱਧਰ ਨਾਲ ਹੀ ਸਾਬਤ ਟਾਇਲ ਹੀ ਲੈਣੀ ਹੈ ਨਾ, ਹਾਂ ਤਾਂ ਕਿ ਟਾਇਲ, ਕਿਉਂਕਿ ਸਾਡੇ ਕੋਲ ਜਿਹੜੀ ਬਚੀ ਪਈ ਆਈ ਨਾ 6-7 ਟਾਇਲਾਂ ਇੰਝ ਕਰਕੇ ਲੱਗ ਜਾਵਣਗੀਆਂ ਤੋੜ ਤੀਕਰ, ਔਰ ਇੱਥੇ ਜਿਹੜਾ ਮਸਾਲਾ ਵਗੈਰਾ ਲਾ ਕੇ ਇਹ ਕੰਮ ਹੀ ਜਿਹੜਾ ਕੰਪਲੀਟ ਕਰਨ ਲੱਗਿਆ, ਵੀ ਥੱਲੇ ਮਸਾਲਾ ਲਾ ਦੇਵਾਂਗੇ ਨਾ, ਉੱਪਰ ਜਿਹੜੀ ਨਾ ਟਾਇਲ ਲੱਗ ਜਾਵੇਗੀ।
ਡਬਲ ਪਕੜ ਹੋ ਜਾਵੇਗੀ, ਸਪੋਰਟ ਲੱਭ ਜਾਸੀ। ਚਾਹੇ ਪੱਕਦੀ ਵੀ ਬਾਈ ਜਾਨ, ਆਉਣੇ ਬਾਅਦ 5-7 ਮਿੰਟ 'ਚ ਪੱਕ ਜਾਂਦੀ, ਠੀਕ ਹੈ ਨਾ, ਕਿਉਂਕਿ ਰੋਟੀ ਤੋਂ ਪਹਿਲਾਂ ਜੇ ਚਾਹੇ ਪਵਾਉਣ ਲੱਗਿਆ, ਕਿਉਂਕਿ ਕੰਮ ਕਾਫੀ ਸਾਰਾ ਜਿਹੜਾ ਹਾਰਡ ਆ, ਅਤੇ ਮਜ਼ਦੂਰ ਬੰਦੇ ਜਿੰਨੀ ਦੇਰ 'ਚ ਕੱਚਾ ਹੈ ਨਾ ਮਿਲੇ ਕੰਮ ਨਹੀਂ ਚੱਲਦਾ, ਐਵੇਂ ਹੀ ਨਾ। ਹੁਣ ਇਹਨਾਂ ਦਾ ਕਰੰਟ ਡਾਊਨ ਹੋਇਆ ਖੜਾ, ਚਾਹੇ ਪੀਤੀ ਤੇ ਨਾ ਫਿਰ ਐਕਟਿਵ ਹੋ ਜਾਣਾ। ਹਾਂਜੀ, ਅਤੇ ਮਾਸ਼ਾਅੱਲਾ ਰੋਟੀ ਸਾਲਣ ਪੱਕ ਕੇ ਹੋ ਗਿਆ ਤਿਆਰ, ਔਰ ਭਾਈ ਔਰ ਵਾਸਤੇ ਜੇ ਨਾ ਰੋਟੀ ਨਿਕਾਲ ਲਈਆਂ, ਹੱਥ ਮੂੰਹ ਧੋ ਰਹੇ ਨਾ ਰਹੇ ਨਾ, ਹਾਂ ਬੈਡ 'ਤੇ ਆਪਾਂ ਜੇ ਨਾ ਚਾਹ ਕੇ ਰੱਖ ਲੈਂਦੇ ਹਾਂ, ਉਹ ਲੈ ਕੇ ਬਿਸਮਿਲ੍ਲਾ, ਬਲਕਿ ਮੈਂ ਇੱਥੇ ਖਲੋਨਾ, ਇੱਧਰੋਂ ਕਾਮ ਨਾ ਹੋ ਜਾਵੇ, ਰੱਖ ਕੇ ਆਜ, ਕਿਉਂਕਿ ਆਹ ਦੇਖੇ ਕਾਂ ਕਾਫੀ ਸਾਰੇ ਕਹਿੰਦੇ, ਇਹਨਾਂ ਦਾ ਦਰਵਾਜ਼ਾ ਹੈ ਕੋਈ ਨਹੀਂ, ਇੱਥੇ ਜਾਣਾ ਫਿਰ ਸਾਲਣ ਨਾ ਡੋਲ ਦੇਵੇ ਇਸ ਕਰਕੇ, ਕਿਉਂਕਿ ਬਾਈ ਰੋਟੀ ਜਾਣਾ ਇੱਥੇ ਪੰਖੇ ਥੱਲੇ ਜਾਣਾ ਖਾ ਲਵਣਗੇ, ਉਹ ਚੱਕ ਲਿਆ ਉਹ ਰਾਤ ਮੂੰਹ ਦੋ ਕੇ, ਬਾਈ ਹੋਰ ਵੀ ਜਿਹੜੇ ਆ ਰਹੇ ਨੇ, ਛੇਤੀ ਆ ਜਾਓ ਛੇਤੀ ਆ ਜਾਓ, ਪੰਖੇ 'ਤੇ ਰੋਟੀਆਂ ਪਈਆਂ ਨੇ, ਫਿਰ ਨਾ ਕਵੇ ਚਿੜੀਆਂ ਹੋ ਗਈਆਂ ਨੇ, ਉਹ ਹਵਾ ਲੱਗੇ ਨਾ ਤਾਂ ਰੋਟੀ ਜਿਹੜੀ ਥੋੜ੍ਹੀ ਜਿਹੀ ਸਖਤ ਹੋ ਜਾਂਦੀ ਆ, ਇਸ ਕਰਕੇ ਮੈਂ ਆਖੇ ਛੇਤੀ ਗਰਮੋ ਗਰਮ ਜਿਹੀ ਨੇ ਰੋਟੀ ਫਿਰ ਖਾਣ ਦੀ ਹੁੰਦੀ ਆ, ਔਰ ਬਾਈ ਉਹਨਾਂ ਨੂੰ ਖਾਣਾ ਖਵਾ ਕੇ ਫਿਰ ਅਸੀਂ ਜਿਹੜਾ ਖਾਣਾ ਖਾਵਾਂਗੇ, ਔਰ ਕੰਮ ਵੀ ਮਾਸ਼ਾਅੱਲਾ ਜਿਹੜਾ ਬਾਈ ਉਹਨਾਂ ਨੇ ਕਾਫੀ ਕਰ ਲਿਆ ਅੱਜ ਮੁਕੰਮਲ, ਜਿਵੇਂ ਕਿ ਸਾਰੇ ਬਹਿਣ ਬਾਈਆਂ ਦੂੜਾ ਮਿਲਾ ਦੇਣ, ਸਾਰਾ ਕੰਮ ਜਿਹੜਾ ਮੁਕੰਮਲ ਹੋ ਜਾਣਾ ਇਨਸ਼ਾਅੱਲਾ। ਮੇਨ ਸੀ ਬਸ ਆ ਦੀਵਾਰ ਦਾ, ਇੱਧਰ ਸਿਰਫ ਕੰਮ ਸਾਡਾ ਮੇਨ ਰਹਿੰਦਾ ਸੀ, ਇਹ ਵੀ ਹੋ ਗਿਆ, ਸਮਝ ਲਓ ਕਿ ਘਰ ਸਾਡਾ ਜਿਹੜਾ ਮੁਕੰਮਲ ਕੰਪਲੀਟ ਹੋ ਜਾਵੇਗਾ, ਕਿਉਂਕਿ ਸਿਰਫ ਔਰ ਸਿਰਫ ਇਹ ਸਾਡਾ ਰਹਿੰਦਾ ਸੀ ਕੰਮ, ਬਾਕੀ ਵਾਸ਼ਰੂਮ ਹੀ ਹੋ ਗਿਆ, ਦਰਵਾਜ਼ੇ ਦਾ ਹੀ ਹੋ ਗਿਆ, ਹੁਣ ਕਿਚਨ ਬਰਾਂਡਾ ਰਹਿ ਗਿਆ, ਇਨਸ਼ਾਅੱਲਾ ਉਹ ਵੀ ਅਗਲੇ ਸਾਲ ਤੱਕ ਇਨਸ਼ਾਅੱਲਾ ਇਨਸ਼ਾਅੱਲਾ ਹੋ ਜਾਵੇਗਾ। ਹਾਂਜੀ, ਅਤੇ ਰੋਟੀ ਖਾ ਲਈ ਆ, ਉਹ ਰੇਤ ਵੀ ਮੈਂ ਸਵੇਰੇ ਚਾਹ ਕੇ ਇਹ ਸਾਈਡ ਵੱਲ ਰੱਖ ਲੈਣੀ ਹੈ, ਔਰ ਕਾਫੀ ਸਾਰੇ ਬਹਿਣ ਵੀ 2-3 ਦਿਨ ਤੋਂ ਕਮੈਂਟ ਕਰ ਰਹੇ ਨੇ ਕਿ ਰੋਜ਼ ਕਰਨਾ, ਅੱਜ ਕੰਮ ਖਤਮ ਹੋ ਜਾਣਾ, ਔਰ ਅੱਜ ਵਾਕਈ ਕੰਮ ਖਤਮ ਹੋ ਜਾਣਾ, ਵਾਸ਼ਰੂਮ ਮੁਕੰਮਲ ਹੋ ਜਾਣਾ, ਇਹ ਦੀਵਾਰ ਵੀ ਸਾਡੀ ਮੁਕੰਮਲ ਹੋ ਜਾਣੀ, ਅੱਜ ਫਿਲਹਾਲ ਕਮੈਂਟ ਕਰ ਸਕਦਾ ਕਿਉਂਕਿ ਦੀਵਾਰ ਦਾ ਕੰਮ ਆਖਰੀ ਰਹਿੰਦਾ ਸੀ ਨਾ, ਅੱਜ ਵੀ ਕੰਮ ਕੰਪਲੀਟ ਹੋ ਜਾਣਾ, ਔਰ ਗਾਰਾ ਬਣ ਗਿਆ, ਇੱਟਾਂ ਵੀ ਡੋਗ ਰਹੀਆਂ ਨੇ, ਔਰ ਬਾਈ ਬਰਾਰ ਜਿਹਾ ਥੱਲੋਂ ਲੇਵਲ ਜਿਹਾ ਕਰ ਰਿਹਾ, ਔਰ ਮਿੱਟੀ ਮੈਨੂੰ ਨਹੀਂ ਲੱਗਦੀ ਜਿਹੜੀ ਨਾ ਬਚੇਗੀ ਇਸ ਮਿੱਟੀ 'ਤੇ ਆਸਰੇ, ਤਾਂ ਮੈਂ ਜਿਹੜੀ ਮਿੱਟੀ ਹੋਰ ਕੋਈ ਸਟਾਈ, ਮੈਂ ਕਿ ਚਲੋ ਇੱਧਰੋਂ ਜਿਹੜੀ ਟਰਾਲੀ ਦੀ ਮਿੱਟੀ ਦੀ ਨਿਕਲ ਆਵੇਗੀ, ਤਾਂ ਬਰਫੀ ਦੀ ਜਿਹਾ ਕੰਮ ਆਵੇਗੀ, ਲੇਕਿਨ ਇੱਧਰੋਂ ਵੀ ਫਿਲਹਾਲ ਜਿਹੜੀ ਨਾ, ਕਿਉਂਕਿ ਅੱਧੇ ਨਾਲੋਂ ਜ਼ਿਆਦਾ ਮਿੱਟੀ ਗਾਰੇ 'ਚ ਇਸਤੇਮਾਲ ਹੋ ਜਾਣੀ, ਬਾਕੀ ਦੀਵਾਰ ਦੇ ਨਾਲ ਨਾਲ ਪੈ ਜਾਣੀ ਹੈ, ਮਿੱਟੀ ਬਰਫੀ ਵਾਸਤੇ ਕੋਈ ਨਹੀਂ ਬਚਣੀ, ਮਿੱਟੀ ਮੈਂ ਤਾਂ ਕਹਿੰਦਾ ਬਰਫੀ ਵਾਸਤੇ ਬਚਣੀ ਕੋਈ ਨਹੀਂ, ਕਿਉਂਕਿ ਗਾਰਾ ਜਿਹਾ ਨਾ ਉਹ ਵੀ ਬਣਨਾ, ਨਾਲ ਨਾਲ ਦੀਵਾਰ ਦੇ ਵੀ ਪੈ ਜਾਣੀ, ਇੱਟਾਂ ਵੀ ਲੱਗ ਜਾਣੀਆਂ, ਮਿੱਟੀ ਫਿਰ ਕੋਈ ਨਹੀਂ ਬਚਣੀ, ਚੱਲ ਦੇਖਾਂਗੇ ਥੋੜ੍ਹੀ ਬਹੁਤੀ ਬਚਣੀ ਨਾ, ਉਹ ਸਾਨੂੰ ਮੇਨ ਦਾ ਆਪਣਾ ਦਰਵਾਜ਼ੇ ਨਾਲ ਵਾਲਾ ਕਲੀਅਰ ਹੋ ਜਾਸੀ, ਨਾ ਉਹ ਸਾਨੂੰ ਮੇਨ ਦਾ ਕਲੀਅਰ ਹੋ ਜਾਵੇਗਾ, ਬੂਟਾ ਬਾਅਦ 'ਚ ਹੀ ਗਿਆ ਨੇ, ਬਰਾਰ ਕਹਿੰਦਾ ਸੀ ਪੱਟ ਦੇ ਦੀਵਾਰ ਨਾ ਹੀ ਖਟੇਣੀ ਆ, ਬਾਅਦ 'ਚ ਹੀ ਗੈਣ ਨਾ, ਅਤੇ ਇਹ ਵਾਲਾ ਬੂਟਾ ਅਸੀਂ ਸੋਚਿਆ ਵੀ ਬਾਹਰ ਬੈਕ ਸਾਈਡ ਦੀ ਦੀਵਾਰ 'ਤੇ ਲਾ ਦੇਵਾਂਗੇ, ਇਹ ਜਿਹੜਾ ਸਰੂ ਦਾ ਬੂਟਾ, ਮੋਰ ਪੰਖ ਵੀ ਕਹਿੰਦੇ ਹਾਂ, ਸਰੂ ਦਾ ਬੂਟਾ ਵੀ ਕਹਿੰਦੇ ਹਾਂ, ਇਹ ਬਾਹਰ ਲਾ ਦੇਵਾਂਗੇ, ਤਾਂ ਮੋਤੀਆਂ ਦੇ ਬੂਟੇ ਜਿਹੜੇ ਨਾ ਇਹਨਾਂ ਨੂੰ ਸ਼ਾਮ ਟਾਈਮ ਹੀ ਆਪਾਂ ਕਿਧਰੇ ਜਿਹੜਾ ਪਾਣੀ ਦੇ ਵਿੱਚ ਜਿਹੜਾ ਲਾ ਲੈਣਾ, ਠੀਕ ਹੋ ਗਿਆ, ਹਾਂ ਸ਼ਾਮ ਟਾਈਮ ਇਹਨੂੰ ਪਾਣੀ ਦੇ ਵਿੱਚ ਲਾ ਲਵਾਂਗੇ, ਤਾਂ ਕਿ ਜਿਹੜਾ ਨਾ ਇਹ ਖਰਾਬ ਨਹੀਂ ਹੋਣਗੇ, ਔਰ ਥੜੀ ਵੀ ਨਾਲ ਅਸੀਂ ਜਿਹੜੇ ਇਜ਼ਾਫੀ ਬਣਾ ਲਈ ਆ ਨਾ, ਇਹਦਾ ਬੜਾ ਫਾਇਦਾ, ਐਵੇਂ ਹੀ ਨਾ, ਕਿਉਂਕਿ ਪਹਿਲਾਂ ਜਿਹੜਾ ਨਾ ਇੱਧਰੋਂ ਇਹ ਨੁੱਕਰ ਤਾਣਾ, ਇੱਥੇ ਇੱਕ ਤਾਂ ਆਸਾਨੀ ਇਹ ਹੋ ਗਈ ਕਰਨ, ਇੱਥੇ ਬਹਿ ਕੇ ਕੱਪੜੇ ਧੋਣੇ ਆਸਾਨੀ ਨੇ, ਐਵੇਂ ਹੀ ਨਾ ਕੱਪੜੇ ਇੱਥੇ ਆਸਾਨੀ ਨਾਲ ਜਿਹੜਾ ਦੋ ਪਜਾਵਣਗੇ, ਹਾਂ ਅੱਛਾ ਸੋਚ ਰਿਹਾ ਕਿ ਇੱਥੋਂ ਕਨੈਕਸ਼ਨ ਲੈ ਕੇ ਨਾ ਬਰਤਨਾਂ ਵਾਲੀ ਟੂਟੀ ਇਸ ਨੁੱਕਰ 'ਤੇ ਲਵਾ ਲਈ, ਇੱਧਰੋਂ ਕਨੈਕਸ਼ਨ ਲੈ ਕੇ ਨਾ,
ਪਾਣੀ ਦਾ ਇੱਥੇ ਨੁੱਕਰ ਤੇ ਜੇਣਾ ਨਲਕੇ ਦੀ ਪਰਲੀ ਸਾਈਡ ਤੇ ਜੇਣਾ ਟੂਟੀ ਬਰਤਨ ਵਾਲੀ ਲਵਾ ਲਈ, ਠੀਕ ਹੈ ਨਾ। ਵੈਸੇ ਜ਼ਿਆਦਾ ਬਰਤਨ ਇੱਥੇ ਧੋਪਣੇ ਤਾਂ ਕੋਈ ਨਹੀਂ, ਕਿਉਂਕਿ ਜੇ ਕਿਚਨ ਵਾਲਾ ਸਿੰਕ ਹੈ ਅਸੀਂ ਬਾਹਰ ਇੱਥੇ ਜੇਣਾ ਓਪਨ ਲਵਾ ਲੈਣਾ, ਇੱਥੇ ਹੀ ਸਾਰੇ ਬਰਤਨ ਧੋਤੇ ਕਰਾਂਗੇ, ਹੈਂ। ਇੱਥੇ ਸਿੰਕ 'ਤੇ ਬਰਤਨ ਧੋਪੇ ਕਰਨੇ ਨੇ। ਵੈਸੇ ਗੱਲ ਕਰਕੇ ਜਦੋਂ ਜ਼ਿਆਦਾ ਬਰਤਨ ਹੁੰਦੇ ਨੇ, ਜਿਵੇਂ ਕਿ ਆਪਾਂ ਲੰਗਰ ਪਰਸੋਂ ਜੇਣਾ ਤਕਸੀਮ ਕੀਤਾ ਸੀ ਨਾ, ਬਰਤਨ ਕਾਫੀ ਸਾਰੇ ਬਣ ਗਏ ਸੀ, ਵੀ ਇੱਥੇ ਜੇਣਾ ਧੋਲ ਹੈ, ਹੈਂ। ਉਹ ਨੁਮਾਨ ਜਿਹੜਾ ਬੁਲਾ ਰਿਹਾ, ਨੁਮਾਨ ਸਕੂਲ 'ਚੋਂ ਆ ਗਿਆ ਨਾ, ਨੁਮਾਨ ਦੁਕਾਨ 'ਤੇ ਬੈਠਾ ਹੋਇਆ, ਤਾਂ ਮੈਂ ਫਿਰ ਜਿਹੜਾ ਇੱਧਰ ਆਇਆ। ਹਾਂਜੀ, ਅਤੇ ਇੱਕ ਵਾਰ ਜਿਹੜਾ ਥੱਲੇ ਮੁਕੰਮਲ ਲਾ ਲਿਆ, ਔਰ ਉੱਪਰ ਜਿਹੜਾ ਮਿੱਟੀ ਨਾਲ ਹੁਣ ਲੇਵਲ ਕਰ ਰਹੇ, ਥੱਲੇ ਜਿਹੜਾ ਵਾਰ ਇੱਟਾਂ ਦਾ ਜਿਹੜਾ ਸਾਰਾ ਮੁਕੰਮਲ ਜਿਹੜਾ ਲੱਗ ਗਿਆ ਹੋਇਆ ਇੱਥੇ, ਹੈ ਸਾਰਾ। ਹਾਂ ਆ ਰਿਹਾ, ਕਿਉਂਕਿ ਤੋੜ ਤਿੱਕਰ ਜਿਹੜਾ ਜਿੱਥੇ ਖਲੀ ਇੱਟ ਲੱਗਦੀ ਹੈ ਉੱਥੇ ਖਲੀ ਇੱਟ ਲਾਈ ਆ, ਇੱਥੇ ਦੂਸਰੀ ਲੱਗਦੀ ਸੀ ਉੱਥੇ ਦੂਸਰੀ ਲਾਈ ਆ, ਅਤੇ ਉੱਪਰ ਮਿੱਟੀ ਨਾਲ ਜਿਹੜਾ ਇੱਕੋ ਜਿਹਾ ਜਿਹੜਾ ਬਰਾਰ ਬਈ ਕਰ ਰਿਹਾ ਲੇਵਲ ਤਾਂ ਆਉਣਾ। ਔਰ ਤੂਤ ਦੀਆਂ ਜਿਹੜਾ ਐਤਣ ਟਿੱਕਰ ਫੈਲੀਆਂ ਹੋਈ ਇੱਥੇ, ਕਿਉਂਕਿ ਜਿਹੜੀ ਇੱਟ ਨੀਵੀਂ ਉੱਚੀ ਹੈ ਨਾ, ਤੂਪਲੀ ਤੱਕ ਜਿਹੜੀ ਦੀਵਾਰ ਵਗੈਰਾ ਉਸਰਨੀ ਹੈ ਨਾ, ਉਹ ਸਾਰੀ ਮੁਕੰਮਲ ਜਿਹੜਾ ਲੇਵਲ ਨਾਲ ਦੀਵਾਰ ਵਗੈਰਾ ਜਿਹੜੀ ਨਾ ਉਸਰ ਜਾਵੇਗੀ, ਇਸ ਕਰਕੇ ਸਾਰਾ ਇਬਰਾਰ ਬਈ ਜਿਹੜਾ ਨਾ ਲੇਵਲ ਕਰ ਰਿਹਾ। ਬਾਹਰ ਨਿਕਲਣਾ ਜਿਹੜਾ ਬੜਾ ਔਖਾ ਹੋ ਜਾਂਦਾ। ਔਰ ਆਬਿਦ ਬਾਈ ਜਿਹੜਾ ਅਦਲੀ ਸੈਟਿੰਗ ਵਗੈਰਾ ਜਿਹੜੀ ਨਾ ਉਹ ਕਰ ਰਿਹਾ ਮੁਕੰਮਲ। ਹਾਂ ਠੀਕ ਹੋ ਗਿਆ, ਬਸ ਠੀਕ ਹੋ ਗਿਆ, ਮੈਂ ਜ਼ਬਰਦਸਤ ਹੋ ਗਿਆ। ਹਾਂ ਤਾਂ ਇਹਦਾ ਬਾਹਰਲੇ ਦਾ ਪ੍ਰੈਸ਼ਰ ਚੈੱਕ ਕਰ ਲਵੀਂ, ਅਤੇ ਵੈਰਿੰਗ ਵਗੈਰਾ ਜਿਹੜੀ ਨਾ ਫਿਲਹਾਲ ਜਿਹੜੀ ਨਾ ਬਲਬ ਦੋ ਆਏ ਨੇ, ਇੱਕ ਬਾਹਰ ਲੱਗੇਗਾ ਇੱਕ ਅੰਦਰ ਲੱਗ ਜਾਵੇਗਾ। ਬੋਰਡ ਦੋ ਲੈਣ ਨਾ, ਇੱਕ ਪੰਪ ਦਾ ਹੋ ਜਾਵੇਗਾ, ਇੱਕ ਬਟਨਾਂ ਦਾ, ਸਾਕਟ ਹੀ ਨਾਲ ਹੀ ਨੇ। ਚਲੋ ਚਲ ਬਸ ਸਹੀ ਹੋ ਗਿਆ, ਕਿਉਂਕਿ ਇਹ ਫਿਟਿੰਗ ਉਹ ਕਮਰਿਆਂ ਵਾਲੇ ਦੇ ਨਾਲ ਦੀ ਲਈ ਆ, ਇਸ ਕਰਕੇ ਲਈ ਆ ਕਿਉਂਕਿ ਉਹਨਾਂ ਦੀ ਹਾਲੇ ਤੱਕ ਜਿਹੜੀ ਨਾ ਕੋਈ ਖਰਾਬੀ ਨਹੀਂ ਹੋਈ ਆ। ਔਰ ਸੁਬਾਹ ਇੱਥੋਂ ਜਿਹੜੀ ਨਾ ਸਾਰੀ ਸਾਫ਼ ਸਫਾਈ ਹੋ ਜਾਵੇਗੀ ਨਾ, ਤਾਂ ਲਾਲ ਮਿੱਟੀ ਪਈ ਆ ਇਹ ਉਸ ਸੰਨ 'ਤੇ ਰੱਖ ਲਵਾਂਗੇ ਨਾ, ਪਰਲੀ ਸਾਈਡ ਦੇ ਨਾਲ ਤੰਦੂਰਾਂ ਦੇ ਟੋਏ ਵੀ ਜਿਹੜੇ ਨਾ ਬਰਥੀ ਕੰਪਲੀਟ ਹੋਏਗੀ ਨਾ ਅੱਛੀ ਤਰੀਕੇ, ਅਗਰ ਜੰਮ ਜਾਵੇਗੀ ਦੋ ਤਿੰਨ ਬਾਰਿਸ਼ਾਂ ਆਵਣਗੀਆਂ ਨਾ ਮਿੱਟੀ ਬਹਿ ਜਾਵੇਗੀ, ਅਤੇ ਤੰਦੂਰਾਂ ਦੇ ਟੋਏ ਜਿਹੜੇ ਨਾ ਤਕਰੀਬਨ ਇਸੇ ਮਹੀਨੇ ਵੀ ਜਿਹੜੇ ਨਾ ਸ਼ੁਰੂ ਕਰ ਦੇਵਾਂਗੇ ਨਾ। ਵੀ ਡੇਲੀ ਦਾ ਇੱਕ ਟੋਇਆ ਹੀ ਬਣਾਈ ਰੱਖਿਆ ਨਾ, ਤਕਰੀਬਨ 20 ਟੋਇਆ ਇਸ ਫਿੱਕੀ ਬਣਾਉਣੇ, ਪਿਛਲੀ ਦਫ਼ਾ ਜਿਹੜੇ ਨਾ ਤਕਰੀਬਨ 10-11 ਟੋਏ ਹੈਗੇ ਸੀ ਨਾ, ਇਸ ਫਿੱਕੀ ਕਮ ਅਜ਼ ਕਮ ਜਿਹੜੇ ਨਾ ਟੋਏ 20 ਬਣਾਵਾਂਗੇ ਨਾ ਸਾਰੇ ਹੋਟਲਾਂ ਵਾਲੇ, ਆਪਾਂ ਡਬਲ ਡਬਲ ਟੋਏ ਬਣਾਉਣੇ ਨੇ ਇਸ ਫਿੱਕੀ, ਸਹੀ ਨਾ। ਅਤੇ ਹੁਣ ਇਹਨਾਂ ਬਣਾਉਣੇ ਸ਼ੁਰੂ ਕੀਤੇ ਨੇ, ਵੀ ਡੇਲੀ ਰੂਟੀਨ ਵਾਈਜ਼ ਇੱਕ ਟੋਇਆ ਬਣਾਈ ਰੱਖਿਆ ਤਾਂ ਆਪਣੇ ਇਸੇ ਮਹੀਨੇ ਮੁਕੰਮਲ ਹੋ ਜਾਵਣਗੇ, ਅਤੇ ਗਰਮੀਆਂ ਨਾਲ ਸਰਦੀਆਂ 'ਚ ਇੱਕ ਦੋ ਲਿੰਬ ਕੇ ਰੱਖੀ ਰੱਖਾਂਗੇ, ਸਹੀ ਨਾ, ਛਾਪਰਾਂ ਥੱਲੇ ਤਾਂ ਕਿ ਐਡਵਾਂਸ ਕੇ ਬਣੇ ਪਵਣਗੇ। ਹੁਣ ਮੈਂ ਦੀਵਾਰ 5-6 ਫੁੱਟ ਹੋ ਜਾਣੀ, ਕਿਉਂਕਿ ਹਾਲੇ ਤੱਕ ਇੱਟਾਂ ਕਾਫੀ ਸਾਰੀਆਂ ਪਈਆਂ ਹੋਈਆਂ ਨੇ। ਆਹ ਮੇਨ ਚੀਜ਼ ਸਾਰੇ ਘਰ ਦੇ ਵਿੱਚ ਇਹ ਰੁਕਾਵਟ ਜ਼ਿਆਦਾ ਪਈ ਸੀ ਇੱਟਾਂ ਦੀ, ਇਹ ਖਤਮ ਹੋਵੇਗੀ। ਔਰ ਚਾਹੇ ਜਿਹੜੀ ਨਾ ਬਾਈ ਉਹਨਾਂ ਬਣਾ ਕੇ ਜਿਹੜੀ ਨਾ ਦੇਤੀ ਚਾਹ ਪੀ ਰਹੇ ਨੇ, ਔਰ ਚਾਹੇ ਪੀ ਕੇ ਫਿਰ ਇਹ ਕੰਮ ਕਰ ਦੇਣ, ਇਹਦਾ ਕੰਮ ਜਿਹੜਾ ਨਾ ਸ਼ਾਮ ਨੂੰ ਸਾਨੂੰ ਕਰਨਾ ਪੈਣਾ। ਚਲੋ ਲਾਈਟ ਪਈ ਆ, ਇਬਰਾਰ ਹਾਲੀ ਹੈ, ਲਾਈਟ ਬਾਲ ਕੇ ਕਰ ਲਵਾਂਗੇ ਸਾਰਾ, ਇਹਨਾਂ ਕੰਮ ਮੇ ਤਾਂ ਕੋਈ ਨਹੀਂ ਰਹਿ ਗਿਆ, ਪੁਟੀਨ ਨੇ ਆਪਾਂ ਫਿਰ ਭਰ ਲਈ ਸਾਂ, ਸਿਰਫ ਵਾਇਰਿੰਗ ਕਰਨੀ ਤੇ ਉਹ ਮਸਾਲਾ ਥੋੜ੍ਹਾ ਜਿਹਾ ਲਾਉਣਾ। ਹਾਂ ਮੈਂ ਤਕਰੀਬਨ ਨਿਬੜੀ ਖੋਤੀ, ਇੰਨੀ ਕਿੱਟ ਰਹਿ ਗਈ ਆ, 1500 ਇੱਟ ਪਈ ਆ ਪਿੱਛੇ, 1500 ਪਈ। ਹਾਂ ਹਾਂ 3 ਫੁੱਟ ਆਰਾਮ ਨਾਲ ਹੋਰ, ਪਿੱਛੇ ਰਹਿ ਗਈ 3-1 ਫੁੱਟ ਗਈ। ਔਰ ਚਾਹ ਪੀ ਲਈ ਆ, ਕੰਮ ਜਿਹੜਾ ਸ਼ੁਰੂ ਕਰ ਦਿੱਤਾ।
ਇੱਟਾਂ ਕੋਲ ਕੋਈ ਨੀ ਪਹੁੰਚਦੀਆਂ ਪਈਆਂ। ਮੈਂ ਉਧਰ ਭਾਗ ਜਾਂਦਾ ਦੁਕਾਨ ਤੇ, ਫਿਰ ਉਹਦੀ ਨੁੱਕਰ ਤੇ ਗਾਰਾ ਲੱਗਣਾ। ਹੋਰ ਬੇਗਮ ਨੇ ਵੀ ਬਿਸਤਰੇ ਜੇੜਨਾ, ਸ਼ਾਮ ਦੇ ਜੇੜਨਾ, ਬੈਰ ਕੱਢਤੇ ਨੇ ਤੇ ਬਾਈ ਹੋਰ ਵੀ ਕੰਮ ਜੇੜਨੇ, ਕਿਉਂਕਿ ਨਾਲ ਹੁਣ 2 ਘੰਟੇ ਇਹਨਾਂ ਨੂੰ ਓਵਰ ਟਾਈਮ ਲਾਉਣਾ ਪਿਆ, ਤਾਂ ਓਵਰ ਟਾਈਮ ਨਾਲ ਜੇੜਨੇ ਇਹਨਾਂ ਨੂੰ ਦੇਵਾਂਗਾ। ਤਕਰੀਬਨ ਉਹੀ ਖੜੀ ਆ। ਮਿੱਟੀ ਫਿਰ ਵੇ ਸਿੱਟੂ ਨੇ। ਹਾਂਜੀ, ਤੇ ਮੈਂ ਵੀ ਬਾਹਰ ਦੁਕਾਨ ਤੇ ਆ ਗਿਆ ਔਰ ਲਾਈਟ ਚਲੀ ਗਈ ਆ, ਕੰਮ ਜਿਹਾ ਰੋਕ ਤੋਂ ਲਾ ਬਲਾ ਬਾਲ ਕੇ, ਮੈਂ ਜਿਹੜੇ ਬਾਹਰ ਰਹਿੰਦੇ ਨੇ ਬਾਕੀ 6-7 ਇਹ ਕੰਪਲੀਟ ਹੋ ਜਾਵਾਂਗੇ, ਲੇਕਿਨ ਵੀ ਇਹਨਾਂ ਲਾਈਟ ਚਲੀ ਗਈ ਆ। ਹੁਣ ਬਾਕੀ ਜਿਹੜੇ ਬਾਹਰ ਰਹਿੰਦੇ ਨੇ ਸਵੇਰੇ ਜੇੜਨਾ ਕੰਪਲੀਟ ਹੋਵਣਗੇ। ਮੈਂ ਸਾਰੇ ਭੈਣ ਭਈਆਂ ਨੂੰ ਆ ਕੇ ਅਸੀਂ ਕੰਮ ਖਤਮ ਹੋ ਜਾਵੇਗਾ, ਲੇਕਿਨ ਕੋਈ ਵੀ ਕੰਮ ਖਤਮ ਨਹੀਂ ਹੋਇਆ। ਇੱਕ ਤਾਂ ਵਾਇਰਿੰਗ ਕੋਈ ਨਹੀਂ ਹੋਈ, ਦੂਸਰਾ ਉਹ ਬਜਰੀ ਜਿਹੀ ਕੋਈ ਲੱਗੀ ਆ ਵਾਸ਼ਰੂਮ ਨੂੰ, ਇਸੇ ਤਰ੍ਹਾਂ ਕਰਕੇ ਸਾਰੇ ਕੰਮ ਹੀ ਅਧੂਰੇ ਰਹਿ ਗਏ, ਕੋਈ ਕੰਮ ਜੇੜਨਾ ਕੰਪਲੀਟ ਅੱਜ ਨਹੀਂ ਹੋਇਆ। ਮੈਨੂੰ ਤਾਂ ਜਿਸ ਹਿਸਾਬ ਨਾਲ ਜਿੰਨਾ ਅਕਸਰ ਉਹ ਕੰਮ ਹੋ ਰਿਹਾ ਨਾ, ਸਵੇਰੇ ਦੀ ਉਹਨੂੰ ਮਿਹਨਤ ਕੋਈ, ਅੱਜ ਦਾ ਐਡਵਾਂਸ ਤੁਹਾਨੂੰ ਵੀ ਦੱਸਦਾ ਪਿਆ, ਸੁਬਹਾ ਦੀ ਮਿਹਨਤ ਕੋਈ ਕੰਮ ਕੰਪਲੀਟ ਹੈ, ਮਿਸਤਰੀ ਕਰ ਜਾਵੇਗਾ। ਅਤੇ ਇਨਸ਼ਾਅੱਲਾ ਇਹਨਾਂ ਦੁਆਵਾਂ ਦੇ ਨਾਲ ਦਿਓ ਇਜਾਜ਼ਤ, ਅੱਲਾਹ ਹਾਫਿਜ਼।